ਸੀਨੀਅਰ ਅਕਾਲੀ ਆਗੂ ਪਵਨ ਟੀਨੂ ਨੇ ਕਿਹਾ ਕਿ ਸੁਖਪਾਲ ਸਿੰਘ ਖੇਰਾ ਨੇ ਜਾਤੀ ਮਾਨਸਿਕਤਾ ਰੱਖਦੇ ਹਨ ਦਲਿਤ ਔਰਤ ਦੇ ਖਿਲਾਫ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ ਅਤੇ ਖੇਰਾ ਦੇ ਖਿਲਾਫ ਅਸੀਂ ਇੱਕ ਦੋ ਦਿਨ ਵਿੱਚ ਐਸਸੀ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਅਤੇ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਜਾਏਗੀ ਪਵਨ ਟੀਨੂ ਮੁਤਾਬਕ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਪਾਲ ਖੇਰਾ ਨੇ ਜੋ ਨਿੰਦਣਯੋਗ ਔਰ ਜੋ ਮੈਂ ਸਮਝਦਾ ਬਈ ਬੜਾ ਭੱਦਾ ਬਿਆਨ ਜਿਹੜਾ ਉਹਨੇ ਇੱਕ ਔਰਤ ਜਾਤੀ ਵਾਸਤੇ ਇੱਕ ਦਲਿਤ ਪੜ੍ਹੀ ਲਿਖੀ ਔਰਤ ਵਾਸਤੇ ਕੁੜੀ ਵਾਸਤੇ ਦਿੱਤਾ ਆ ਲੋਕਾਂ ਨੂੰ ਤਾਂ ਸਰਟੀਫਿਕੇਟ ਦੇ ਰਹੇ ਆ ਔਰ ਆਪਣੇ ਉੱਤੇ ਜੋ ਮਾਣਯੋਗ ਅਦਾਲਤ ਨੇ ਉਹਨਾਂ ਨੂੰ ਅਕਿਊਜ਼ਡ ਬਣਾਇਆ ਡਰੱਗ ਦੇ ਕੇਸ 'ਚ ਸਮਗਲਿੰਗ ਦੇ ਕੇਸ ਵਿੱਚ ਉਹ ਸ਼ਾਇਦ ਭੁੱਲ ਜਾਂਦੇ ਆ ਇੱਕ ਦੋ ਦਿਨ 'ਚ ਅਸੀਂ ਪੂਰਾ ਇਹਦੀ ਰਿਪੋਰਟ ਤਿਆਰ ਕਰ ਰਹੇ ਹਾਂ ਇਹਦੀ ਕੰਪਲੇਂਟ ਕਰਾ ਰਹੇ ਹਾਂ ਤਿਆਰ ਅਤੇ ਜਲਦੀ ਇੱਕ ਅੱਧੇ ਦਿਨ 'ਚ ਅਸੀਂ ਉਹਨਾਂ ਨੂੰ ਇਹ ਭੇਜ ਦਾਂਗੇ ਕੰਪਲੇਂਟ ਵੁਮੈਨ ਕਮਿਸ਼ਨ ਕੋਲ ਵੀ ਜਾਵਾਂਗੇ ਲਾਅ ਐਂਡ ਆਰਡਰ ਦਾ ਤਾਂ ਇੱਥੇ ਜਲੂਸ ਨਿਕਲਿਆ ਪਿਆ ਆਏ ਦਿਨ ਲੁੱਟਾਂ ਖੋਹਾਂ ਮਰਡਰ ਫਰੌਤੀਆਂ ਆ ਕੁੜੀ ਦੇ ਨਾਲ ਜਸਵਿੰਦਰ ਕੌਰ ਦੇ ਨਾਲ ਕੀ ਹੋਇਆ ਪਰ ਪਹਿਲਾਂ ਪੁਲਿਸ ਨੇ ਉਹਦਾ ਪਰਚਾ ਵੀ ਸਾਦੇ ਢੰਗ ਵਿੱਚ ਦਰਜ ਕਰ ਲਿਆ ਸੀ ਇਹ ਤਾਂ ਵੀਡੀਓ ਵਾਇਰਲ ਹੋ ਗਈ ਕਰਕੇ ਪੁਲਿਸ ਨੂੰ ਉਹਦੀਆਂ ਬਣਦੀਆਂ ਧਰਾਵਾਂ ਲਾਉਣੀਆਂ ਪਈਆਂ ਔਰ ਸ਼ਰੇਆਮ ਦੂਜੇ ਸੂਬਿਆਂ ਦੇ ਗੁੰਡੇ ਜਿਹੜੇ ਆ ਮਾਫੀਆ ਜਿਹੜਾ ਆ ਉਹ ਪੰਜਾਬ ਵਿੱਚ ਆ ਰਿਹਾ ਆ ਕੇ ਮੀਟਿੰਗਾਂ ਕਰ ਰਿਹਾ ਇਹਨਾਂ ਦੇ MLA ਨਾਲ ਮੀਟਿੰਗਾਂ ਕਰ ਰਿਹਾ ਸੋ ਲਾਅ ਐਂਡ ਆਰਡਰ ਦਾ ਤਾਂ ਜਲੂਸ ਨਿਕਲ ਗਿਆ ਪੰਜਾਬ 'ਚ ਬਹੁਤ ਜਲਦੀ ਸੋ ਡਿਵੈਲਪਮੈਂਟ ਪੱਖੋਂ ਆਪਾਂ ਪਿੱਛੇ ਪੈ ਗਏ ਹਾਂ